ਦੇਖੋ ਇਹ ਜਿਹੜੀ ਗੋਲੀ ਚੱਲੀ ਹੈ, ਇਹ ਜਿਹੜੇ ਅਥਰੂ ਗੈਸ ਚੱਲੇ ਹੈ, ਜਿਹੜੇ ਲਾਠੀ ਚਾਰਜ ਹੋਇਆ, ਇਹ ਪੰਜਾਬ ਦੀ ਧਰਤੀ 'ਤੇ ਹੋਇਆ ਅਤੇ ਪੰਜਾਬ ਸਰਕਾਰ ਤੁਰੰਤ ਇਹ ਕਤਲ ਦਾ ਪਰਚਾ ਦਰਜ ਕਰੇ। ਲਾਠੀ ਚਾਰਜ ਜਿਹੜਾ ਹੋਇਆ ਅਤੇ ਗੈਸ ਅਥਰੂ ਗੈਸ ਛੱਡੇ ਸਾਡੀ ਜਗ੍ਹਾ ਦੇ ਵਿੱਚ, ਸਾਡੇ ਨੌਜਵਾਨ ਸਾਡੇ ਕਿਸਾਨ ਫੱਟੜ ਹੋਏ ਹੈ, ਉਹਨਾਂ ਦਾ FIR ਦਰਜ ਕਰਕੇ ਜਿਹੜੇ ਜ਼ਿੰਮੇਵਾਰ ਲੋਕ ਹੈ ਉਹਨਾਂ ਨੂੰ ਹਿਰਾਸਤ ਵਿੱਚ ਲਵੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਥੋੜ੍ਹਾ ਜਿਹਾ ਧੀਰਜ ਮਿਲੇ ਔਰ ਕਿਉਂ ਨਾ ਹੋਵੇ ਕਾਰਵਾਈ। ਇਸ ਕਰਕੇ ਮੁੱਖ ਮੰਤਰੀ ਜੀ ਆਪਣੇ ਫਰਜ਼ ਨੂੰ ਪਛਾਣ, ਪੰਜਾਬ ਸਰਕਾਰ, ਪੰਜਾਬ ਦੀ ਪੁਲਿਸ ਆਪਣੇ ਫਰਜ਼ ਨੂੰ ਪਛਾਣੇ। ਜਿਹੜੀਆਂ ਗੋਲੀਆਂ ਸਾਡੇ ਧਰਤੀ 'ਤੇ ਸਾਡੇ ਨੌਜਵਾਨਾਂ 'ਤੇ ਚੱਲੀਆਂ ਉਹਨਾਂ ਦਾ ਪਰਚਾ ਦਰਜ ਹੋ ਕੇ ਕਾਰਵਾਈ ਤੁਰੰਤ ਹੋਣੀ ਚਾਹੀਦੀ ਹੈ। ਖੋਟਾ ਸਿੱਕਾ ਆਪਣਾ, ਬਗਾਨਿਆਂ ਨੂੰ ਕਿਹਾ ਦੋਸ਼। ਅੱਜ ਸਾਡਾ ਆਪਣਾ ਮੁੱਖ ਮੰਤਰੀ ਕੇਂਦਰ ਸਰਕਾਰ ਦੇ ਨਾਲ ਏਜੰਟ ਬਣ ਕੇ, ਉਹਨਾਂ ਦਾ ਟਾਊਟ ਬਣ ਕੇ, ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਰਲ ਕੇ ਸਾਡੇ ਕਿਸਾਨਾਂ ਦੇ ਨਾਲ, ਪੰਜਾਬ ਦੇ ਨਾਲ ਅੱਜ ਧੱਕਾ ਕਰ ਰਹੀ ਹੈ। ਸਾਡੀ ਧਰਤੀ 'ਤੇ ਆ ਕੇ ਉਹ ਗੋਲੀਆਂ ਚਲਾ ਰਹੇ ਹੈ, ਸਾਡੀ ਧਰਤੀ 'ਤੇ ਆ ਕੇ ਉਹ ਅਥਰੂ ਗੈਸ ਚਲਾ ਰਹੇ ਹੈ, ਅਤੇ ਪੰਜਾਬ ਦੀ ਧਰਤੀ 'ਤੇ ਇਹ ਜਿਹੜਾ ਸਾਡੀ ਨੌਜਵਾਨੀ ਦਾ ਘਾਣ ਹੋ ਰਿਹਾ, ਸਾਡੇ ਕਿਸਾਨਾਂ ਸਾਡੇ ਮਜ਼ਦੂਰਾਂ ਦੇ ਨਾਲ ਹਰ ਤਰ੍ਹਾਂ ਦੀ ਧੱਕੇਸ਼ਾਹੀ ਹੋ ਰਹੀ ਹੈ। ਉਹਨਾਂ ਨੂੰ ਕਾਨੂੰਨੀ ਹੱਕ ਹੈ ਕਿ ਉਹ ਪ੍ਰੋਟੈਸਟ ਕਰਨ, ਦਿੱਲੀ ਜਾਣ, ਲੇਕਿਨ ਉਹ ਕਰ ਨਹੀਂ ਦਿੱਤਾ ਜਾ ਰਿਹਾ। ਸਾਡੇ ਮੁੱਖ ਮੰਤਰੀ ਦੀਆਂ ਲੱਤਾਂ ਭਾਰ ਨਹੀਂ ਚੱਲ ਰਹੀਆਂ ਅਤੇ ਉਹ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਹਰ ਉਹ ਕਾਰਵਾਈ ਕਰ ਰਿਹਾ ਜਿਹੜੀ ਪੰਜਾਬ ਦੇ ਹਿੱਤਾਂ ਦੇ ਖਿਲਾਫ ਜਾਣੀ। ਇੱਥੋਂ ਤੱਕ ਕਿ ਆ ਪਿਛਲੀ ਇੰਟਰਵਿਊ ਦੇ ਵਿੱਚ ਮੁੱਖ ਮੰਤਰੀ ਜੀ ਕਹਿ ਰਹੇ ਸੀ ਕਿ ਮੈਨੂੰ ਇਸ ਗੱਲ ਦੇ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ ਕਿ ਮੈਂ ਪੰਜਾਬ ਦੇ ਨਾਲ ਹੈ। ਉਹ ਭਾਈ, ਤੂੰ ਪੰਜਾਬ ਦਾ ਮੁੱਖ ਮੰਤਰੀ ਹੈ, ਤੂੰ ਤਾਂ ਪੰਜਾਬ ਦੇ ਨਾਲੇ ਹੋਏਗਾ, ਪਰ ਤੇਰੀ ਇਹ ਗੱਲ ਇਹ ਸਾਬਤ ਕਰ ਰਹੀ ਹੈ ਕਿ ਤੂੰ ਅੰਦਰੋਂ ਹਰ ਜਾਲਸਾਜ਼ੀ ਦੇ ਵਿੱਚ ਕੇਂਦਰ ਦੇ ਨਾਲ ਹੈ ਅਤੇ ਕੇਂਦਰ ਦੇ ਨਾਲ ਮਿਲ ਕੇ ਸਾਡੇ ਨੌਜਵਾਨਾਂ ਸਾਡੇ ਕਿਸਾਨਾਂ ਨੂੰ ਮਰਵਾਇਆ ਜਾ ਰਿਹਾ। ਕਿੰਨੀ ਮੰਦਭਾਗੀ ਘਟਨਾ ਹੈ ਕਿ ਅੱਜ ਇੱਕ ਨੌਜਵਾਨ ਦੀ ਮੌਤ ਉੱਥੇ ਹੋ ਗਈ ਹੈ, ਇੱਕ ਕਿਸਾਨ ਪਹਿਲਾਂ ਮਰ ਚੁੱਕਿਆ। 750 ਕਿਸਾਨਾਂ ਦੀ ਸ਼ਹੀਦੀ ਦੀਆਂ ਅਰਥੀਆਂ ਅਸੀਂ ਪਹਿਲਾਂ ਚੁੱਕ ਚੁੱਕੇ ਹਾਂ ਅਤੇ ਆਹ ਫਿਰ ਉਹੀ ਸਿਲਸਿਲਾ ਸ਼ੁਰੂ ਹੋ ਗਿਆ। ਪੰਜਾਬ ਨੂੰ ਫਿਰ ਉਸੇ ਭੱਠੀ ਦੇ ਵਿੱਚ ਝੋਕਿਆ ਜਾ ਰਿਹਾ ਜਿਹਦੇ ਵਿੱਚੋਂ ਪੰਜਾਬ ਨਿਕਲ ਕੇ ਸੰਤਾਪ ਹੋ ਕੇ ਬਾਹਰ ਆਇਆ ਸੀ। ਸੋ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਹੋਸ਼ ਕਰੇ। ਇਸ ਤਰੀਕੇ ਦੇ ਨਾਲ ਸਾਡੇ ਰਸਤੇ, ਇਹ ਇੱਕ ਆਜ਼ਾਦ ਦੇਸ਼ ਹੈ, ਅਸੀਂ ਆਜ਼ਾਦ ਦੇਸ਼ ਦੇ ਇੱਕ ਸੂਬਾ ਹੈ, ਅਸੀਂ ਕੋਈ ਪਾਕਿਸਤਾਨ ਨਹੀਂ ਹੈ। ਜੇ ਹਰਿਆਣੇ ਦਾ ਮੰਤਰੀ ਕਹਿ ਰਿਹਾ ਕਿ ਇੱਧਰ ਪਾਕਿਸਤਾਨ ਨਹੀਂ ਹੈ ਤਾਂ ਉੱਧਰ ਵੀ ਤਾਂ ਪਾਕਿਸਤਾਨ ਨਹੀਂ ਹੈ, ਸਾਨੂੰ ਸਾਡੇ ਰਸਤੇ ਕਿਵੇਂ ਰੋਕੇ ਜਾ ਰਹੇ? ਸਾਡੀ ਸਰਕਾਰ ਪੰਜਾਬ ਦੀ ਨੂੰ, ਮੁੱਖ ਮੰਤਰੀ ਨੂੰ ਉੱਥੇ ਖੜ ਕੇ ਇਹ ਰਸਤਾ ਖੋਲ੍ਹਣਾ ਚਾਹੀਦਾ ਕਿ ਜੀ ਇਹ ਰਸਤਾ ਆਜ਼ਾਦ ਭਾਰਤ ਦਾ ਹੈ ਅਤੇ ਅਸੀਂ ਆਜ਼ਾਦ ਦੇਸ਼ ਦੇ ਵਿੱਚ ਅੱਗੇ ਜਾ ਸਕਦੇ ਹਾਂ। ਇਸ ਲਈ ਸਰਕਾਰਾਂ ਹੋਸ਼ ਕਰਨ, ਜਿਸ ਤਰੀਕੇ ਦੇ ਪਾਸੇ ਨੂੰ ਇਹ ਪੰਜਾਬ ਨੂੰ ਤੋਰ ਰਹੇ ਹੈ, ਇਹ ਆਉਣ ਵਾਲਾ ਪੂਰੇ ਦੇਸ਼ ਲਈ ਬਹੁਤ ਹੀ ਸੰਕਟਮਈ ਸਮਾਂ ਦੇਖਣ ਨੂੰ ਮਿਲੇਗਾ ਜੇ ਸਰਕਾਰਾਂ ਨੇ ਸਮਝ ਨਹੀਂ ਕੀਤੀ। ਜੋ ਵਾਅਦੇ ਕਿਸਾਨਾਂ ਦੇ ਨਾਲ ਕੀਤੇ ਹੈ, ਜੋ ਵਾਅਦੇ ਖੇਤ ਮਜ਼ਦੂਰਾਂ ਦੇ ਨਾਲ ਕੀਤੇ ਹੈ, ਕਿਸਾਨਾਂ ਦਾ ਵੀ ਅਤੇ ਖੇਤ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰੋ। ਜਿਹੜੀ ਗਰੰਟੀ ਤੁਸੀਂ ਦਿੱਤੀ ਹੋਈ ਹੈ ਉਸ ਨੂੰ ਕਾਨੂੰਨੀ ਰੂਪ ਦੇ ਕੇ ਇਹ ਮਸਲੇ ਦਾ ਹੱਲ ਸਹੀ ਤਰੀਕੇ ਨਾਲ ਕੱਢੋ। ਆਹ ਜਿਹੜੀਆਂ ਚਲਾਕੀਆਂ ਸਾਡਾ ਮੁੱਖ ਮੰਤਰੀ ਕਰ ਰਿਹਾ ਕਿ 5 ਚਿੰਸਾਂ 'ਤੇ ਦੇ ਦੇਣਾ, ਉਹ ਵੀ
ਉਹਨਾਂ ਨੇ 2 ਸਾਲ ਲਈ ਕਿਹਾ, ਕਹਿੰਦਾ ਨਾ 5 ਸਾਲ ਲਈ ਦਿਓ, ਦੱਸੋ ਕਿੱਡੀ ਬੜੀ ਬਹਾਦਰੀ ਕਰ ਰਿਹਾ ਵੀ ਉਸ ਤੋਂ ਬਾਅਦ ਫਿਰ ਅਸੀਂ ਕਿੱਥੇ ਜਾਣਾ ਹੈ। ਆਹ ਇੱਕ ਪ੍ਰਾਈਵੇਟ ਏਜੰਸੀ ਤੋਂ ਨਾਲ ਕੰਟਰੈਕਟ ਕਰ ਰਹੇ, ਸਰਕਾਰ ਵੀ ਨਹੀਂ ਗਰੰਟੀ ਦੇ ਰਹੀ। ਇਹਨਾਂ ਚਾਲਾਂ, ਲੂੰਬੜ ਚਾਲਾਂ ਜਿਹੜੀਆਂ ਸਾਡਾ ਮੁੱਖ ਮੰਤਰੀ ਚੱਲ ਰਿਹਾ, ਇਹਨਾਂ ਨੂੰ ਬੰਦ ਕਰੇ। ਆਮ ਆਦਮੀ ਪਾਰਟੀ ਵਾਲਿਆਂ ਨੂੰ ਬਹੁਤ ਬੜਾ ਬਹੁਮਤ ਮਿਲਿਆ, ਇਹ ਹੋਸ਼ ਕਰਨ। ਇਹਨਾਂ ਨੇ ਪਹਿਲਾਂ ਮੁੱਖ ਮੰਤਰੀ ਨੇ ਕਿਹਾ ਸੀ ਸਰਕਾਰ ਬਣਨ ਤੋਂ ਪਹਿਲਾਂ ਕਿ ਮੈਂ ਸਾਰੀਆਂ ਐਸੀ ਵਿਧਾਨ ਸਭਾ ਦੇ ਵਿੱਚ ਕਾਨੂੰਨ ਬਣਾ ਕੇ ਗਰੰਟੀਆਂ ਦੇਵਾਂਗੇ, MSP ਅਸੀਂ ਦੇਵਾਂਗੇ। ਹੁਣ ਕਿੱਥੇ ਉਹ ਸੱਪ ਸੁੰਘ ਗਿਆ ਹੁਣ ਇਹਨਾਂ ਨੂੰ, ਹੁਣ ਕਿੱਥੇ ਉਹ ਸਰਕਾਰਾਂ ਗਈਆਂ, ਉੱਥੇ ਕਿੱਥੇ ਉਹ ਗੱਲਾਂ ਗਈਆਂ। ਇਸ ਲਈ ਮੈਂ ਫੇਰ ਅਪੀਲ ਕਰਦਾ ਕੇਂਦਰ ਸਰਕਾਰ ਨੂੰ ਅਤੇ ਪੰਜਾਬ ਸਰਕਾਰ ਨੂੰ ਕਿ ਇਕੱਠੇ ਹੋ ਕੇ ਪੰਜਾਬ ਨੂੰ ਨਾ ਦੱਬੋ। ਮੈਂ ਪਹਿਲਾਂ ਕਿਹਾ ਸੀ ਇਹ ਕਾਲੇ ਅੰਗਰੇਜ਼ ਆ ਗਏ ਹੈ ਅਤੇ ਪੰਜਾਬ ਦਾ ਨੁਕਸਾਨ ਕਰਨਗੇ, ਮੇਰੀਆਂ ਉਹਨਾਂ ਗੱਲਾਂ ਨੂੰ ਪੂਰਾ ਨਾ ਹੋਣ ਦਿਓ। ਮੈਂ ਉਹਦੇ ਵਿੱਚ ਖੁਸ਼ ਹੈ ਕਿ ਤੁਸੀਂ ਪੰਜਾਬ ਦੇ ਹਾਲਾਤ ਨੂੰ ਸੁਧਾਰੋ ਅਤੇ ਪੰਜਾਬ ਨੂੰ ਚੰਗੇ ਪਾਸੇ ਲੈ ਕੇ ਜਾਓ। ਪੰਜਾਬ ਅਨਿੱਖੜਵਾਂ ਅੰਗ ਹੈ ਦੇਸ਼ ਦਾ ਅਤੇ ਪੰਜਾਬ ਨੇ ਬਹੁਤ ਕੁਰਬਾਨੀਆਂ ਦੇਸ਼ ਲਈ ਕੀਤੀਆਂ ਹੋਈਆਂ, ਇਹਦਾ ਜਿਹੜਾ ਸਬਰ ਹੈ ਉਹਨੂੰ ਤੁਸੀਂ ਮਾਪੋ ਨਾ। ਇਸ ਮੁੱਖ ਮੰਤਰੀ ਨੇ ਕਿਸਾਨ ਦਾ ਮੁੰਡਾ ਕਹਿ ਕੇ ਵੋਟਾਂ ਲੈ ਲਈਆਂ, ਹੁਣ ਆਪਣੇ ਆਪ ਨੂੰ ਪੰਜਾਬ ਦਾ ਪੁੱਤਰ ਵੀ ਲਿਖਦਾ ਹੈ। ਪੰਜਾਬ ਦੇ ਪੁੱਤਰ ਤਾਂ ਸਾਰੇ ਹੀ ਹੈ, ਇਹ ਕੋਈ ਨਿਵੇਕਲਾ ਤਾਂ ਹੈ ਨਹੀਂ, ਲੇਕਿਨ ਜੇ ਇਹ ਆਪਣੇ ਆਪ ਨੂੰ ਲਿਖਣਾ ਪਸੰਦ ਕਰਦਾ ਤਾਂ ਉਹ ਕੰਮ ਵੀ ਕਰੇ, ਜਿਹੜਾ ਕਿ ਪੰਜਾਬ ਦੇ ਪੁੱਤਰ ਭਗਤ ਸਿੰਘ ਉਹਨਾਂ ਨੇ ਕੀਤਾ ਸੀ। ਉਹਦੀਆਂ ਪੱਗਾਂ ਬੰਨ੍ਹਣ ਨਾਲ ਨਹੀਂ ਮਸਲਾ ਹੱਲ ਹੋ ਜਾਂਦਾ, ਮਸਲੇ ਹੱਲ ਹੋਣੇ ਆ ਉਹਦੇ ਵਾਲੇ ਕੰਮ ਕਰਨ ਨਾਲ। ਆਵੇ ਹੁਣ ਉੱਥੇ ਖੜ੍ਹੇ ਜਾ ਕੇ ਸਰਕਾਰ ਨੂੰ ਆਪਣੇ ਨਾਲ ਲੈ ਕੇ ਜਾਵੇ, ਲੋਕਾਂ ਨੂੰ ਕਾਹਦੇ ਪੜ੍ਹਾਈ ਜਾਂਦਾ ਹੈ। ਉੱਥੇ ਜਾ ਕੇ ਕਹੇ, ਸਰਕਾਰ ਕਹੇ ਕਿ ਜੀ ਸਾਡਾ ਰਸਤਾ ਹੈ ਪੰਜਾਬ ਦਾ, ਅਸੀਂ ਇੱਧਰ ਸਰਕਾਰ ਹੈ ਤੁਸੀਂ ਉੱਧਰ ਸਰਕਾਰ ਹੈ, ਅਸੀਂ ਖੋਲ੍ਹਾਂਗੇ। ਪੰਜਾਬ ਪੁਲਿਸ ਅਤੇ ਮੁੱਖ ਮੰਤਰੀ ਉੱਥੇ ਖੜ੍ਹ ਕੇ ਰਸਤੇ ਖੋਲ੍ਹਣ। ਜੇ ਕਿਤੇ ਪਰਮਾਤਮਾ ਨੇ ਮੌਕਾ ਦਿੱਤਾ ਹੁੰਦਾ ਤਾਂ ਅੱਜ ਪਤਾ ਲੱਗ ਜਾਂਦਾ ਵੀ ਕਿਸ ਤਰ੍ਹਾਂ ਇਹ ਰਸਤੇ ਸਰਕਾਰਾਂ ਖੋਲ੍ਹਦੀਆਂ ਹੁੰਦੀਆਂ। Subscribe to One India channel and never miss an update.